ਮੇਰਾ ਕੈਰੀਅਰ 8-9 ਸਾਲਾਂ ਦੀ ਮਿਹਨਤ ਨਾਲ ਮੈਂ ਇਹ ਗੱਡੀਆਂ ਬਣਾਈਆਂ ਸੀ ਆਪਦੀਆਂ, ਅਤੇ ਇਹਨਾਂ ਨੇ ਕੈਰੀਅਰ ਮੇਰਾ ਤਬਾਹ ਕਰਕੇ ਰੱਖਤਾ, ਮੈਨੂੰ ਮਰਨ ਵਾਸਤੇ ਮਜਬੂਰ ਕੀਤਾ ਹੈ। ਉਹਦਾ ਮੈਨੂੰ ਮੁਆਵਜ਼ਾ ਮਿਲਣਾ ਚਾਹੀਦਾ, ਮੇਰਾ ਕਾਰੋਬਾਰ ਜਿਹੜਾ ਇਹਨਾਂ ਨੇ ਰੋਕਿਆ ਉਹਦਾ ਮੁਆਵਜ਼ਾ ਦੇਣ ਅਤੇ ਮੇਰੀ ਗੱਡੀ ਚਲਾਉਣ, ਤਾਂ ਕਰਕੇ ਮੇਰਾ ਹੱਲ ਹੋ ਸਕਦਾ ਨਹੀਂ ਅਤੇ ਮੌਤ ਮੇਰੀ ਪੱਕੀ ਹੈ। ਮੈਂ ਮਦਰ ਫਾਦਰ ਜਿਹੜੇ ਉਹ ਇਸ ਟਾਈਮ ਬਿਮਾਰ ਪਏ ਹੋਏ ਆ, ਮੈਂ ਉਹਨਾਂ ਦਾ ਇਲਾਜ ਤੱਕ ਨਹੀਂ ਕਰਵਾ ਪਾ ਰਿਹਾ। ਉਹਨਾਂ ਵੱਲੋਂ ਵੀ ਕੋਈ ਸ਼ਿਕਾਇਤਾਂ ਨੇ ਕਿ ਤੂੰ ਸਾਡਾ ਇਲਾਜ ਨਹੀਂ ਕਰਵਾ ਪਾ ਰਿਹਾ, ਪਰ ਇਲਾਜ ਬੰਦਾ ਕਿਵੇਂ ਕਰਵਾਵੇ ਜਦੋਂ ਬੰਦੇ ਨੂੰ ਤਬਾਹ ਕਰਤਾ ਇਹਨਾਂ ਨੇ, ਮਿਲਕ ਪਲਾਂਟ ਦੇ ਅਧਿਕਾਰੀਆਂ ਨੇ। ਮੇਰੀ ਮਦਦ ਕਰਨੀ, ਮੇਰਾ ਕਾਰੋਬਾਰ ਬਚਾ ਦਿਓ, ਕਿਉਂਕਿ ਹੋਰ 10 ਦਿਨ ਨੂੰ ਮੇਰੇ ਲੋਨ ਵਾਲੇ ਗੱਡੀਆਂ ਲੈ ਜਾਣਗੇ, ਮੈਂ ਅੱਖਾਂ ਸਾਹਮਣੇ ਗੱਡੀਆਂ ਆਪਦੀਆਂ ਚਕਿੰਦੀਆਂ ਕਿਵੇਂ ਜਰੂੰਗਾ। ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਠਾਕੁਰ ਅਮਨਦੀਪ ਸਿੰਘ ਸਵਾਗਤ ਕਰਦਾ ਹਾਂ। ਦੋਸਤੋ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਇੱਕ ਵਾਅਦਾ ਕੀਤਾ ਸੀ ਘਰ ਘਰ ਨੌਕਰੀ ਦਾ। ਘਰ ਘਰ ਨੌਕਰੀ ਤਾਂ ਨਹੀਂ ਮਿਲੀ, ਪਰ ਕੁਝ ਨੌਜਵਾਨ ਅਜਿਹੇ ਨੇ ਜੋ ਮਿਹਨਤ ਕਰਕੇ ਰੋਜ਼ੀ ਰੋਟੀ ਕਮਾ ਰਹੇ ਨੇ, ਆਪਣੇ ਪਰਿਵਾਰ ਦਾ ਢਿੱਡ ਭਰ ਰਹੇ ਨੇ। ਪਰ ਹੁਣ ਉਹਨਾਂ ਵਿੱਚੋਂ ਹੀ ਕੁਝ ਨੌਜਵਾਨ ਅਜਿਹੇ ਨੇ ਜੋ ਸਿਸਟਮ ਤੋਂ, ਕੁਝ ਅਧਿਕਾਰੀਆਂ ਦੀ ਜ਼ਾਤੀਆਂ ਤੋਂ ਇੰਨੇ ਕੁ ਪਰੇਸ਼ਾਨ ਨੇ ਕਿ ਹੁਣ ਉਹ ਮਰਨਾ ਚਾਹੁੰਦੇ ਨੇ। ਜੀ ਹਾਂ, ਤੁਸੀਂ ਬਿਲਕੁਲ ਠੀਕ ਸੁਣਿਆ, ਅਜਿਹਾ ਇੱਕ ਨੌਜਵਾਨ ਸਾਡੇ ਨਾਲ ਮੌਜੂਦ ਹੈ। ਹਾਲਾਂਕਿ ਡੇਲੀ ਪੋਸਟ ਪੰਜਾਬੀ ਆ ਸੀ ਇਹਨਾਂ ਨੂੰ ਸਮਝਾਇਆ, ਕਿਉਂਕਿ ਹਿੰਮਤ ਰੱਖਣੀ ਬਹੁਤ ਜ਼ਰੂਰੀ ਹੈ। ਦੇਰ ਆਵਾਂਗੇ ਪਰ ਦਰੁਸਤ ਆਵਾਂਗੇ। ਨਛੱਤਰ ਸਿੰਘ ਇਹਨਾਂ ਦਾ ਨਾਮ ਹੈ। ਨਛੱਤਰ ਸਿੰਘ ਜੀ, ਕੀ ਕੁਛ ਮਾਮਲਾ ਹੈ? ਤੁਸੀਂ ਜਿਵੇਂ ਸਾਨੂੰ ਪਹਿਲੀ ਵਾਰ ਫੋਨ ਕੀਤਾ, ਤੁਸੀਂ ਕਿਹਾ ਸੀ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੈ ਅਤੇ ਮੈਂ ਤਾਂ ਹੁਣ ਮਰਨ ਚੱਲਾ ਹੈ, ਆਖਰੀ ਉਮੀਦ ਤੁਸੀਂ ਹੋ, ਕਾਰਨ ਕੀ ਹੈ, ਕੀ ਕੁਛ ਪੂਰਾ ਮਾਮਲਾ ਹੈ? ਸਰਕਾਰ ਨੇ ਕਿ 2018 ਸਟਾਰਟਿੰਗ ਦੇ ਵਿੱਚ ਮੈਂ ਵੇਰਕਾ ਮਿਲਕ ਪਲਾਂਟ 'ਚ ਇੱਕ ਗੱਡੀ ਲਾਉਣੀ ਚਾਹੀ ਸੀ, ਜਿਹਦੇ ਐਪਲੀਕੇਸ਼ਨ, ਆਰ ਸੀ, ਇੰਸ਼ੋਰੈਂਸ, ਸਾਰੇ ਜਿਹੜੇ ਪਰੂਫ ਹੈਗੇ ਉਹ ਮੈਂ ਆਪ ਦੇ ਨਾਮ 'ਤੇ ਦਿੱਤੇ ਸੀ। ਪਰ ਮਿਲਕ ਫੰਡ ਦੇ ਜਿਹੜੇ ਕੁਝ ਅਧਿਕਾਰੀ ਨੇ ਇਹਨਾਂ ਨਾਲ ਮਿਲ ਕੇ, ਇੱਕ ਮੇਰਾ ਹਿੱਸੇਦਾਰ ਸੀਗਾ ਜਿਹੜਾ ਸਿਕਿਉਰਿਟੀ ਦੇ ਵਿੱਚ ਟੈਂਡਰ 'ਚ ਹੀ ਮੇਰਾ ਹਿੱਸੇਦਾਰ ਸੀ, ਉਸ ਬੰਦੇ ਨੇ ਅਧਿਕਾਰੀਆਂ ਨਾਲ ਮਿਲ ਕੇ ਜਾਲੀ ਆਰ ਸੀ ਇੰਸ਼ੋਰੈਂਸ ਪਰਮਿਟ ਤਿਆਰ ਕਰਵਾ ਕੇ ਆਪਣੀ ਗਰਲਫਰੈਂਡ ਇੱਕ ਹੁੰਦੀ ਹੈਗੀ ਭਾਵਨਾ ਪਾਲ, ਜੋ CM ਦਫ਼ਤਰ ਵਿੱਚ ਲੱਗੀ, ਇਹਨਾਂ ਨੇ ਮਿਲ ਕੇ ਅੰਦਰ ਦੇ ਦਿੱਤਾ ਕਿ ਗੱਡੀ ਅਸੀਂ ਲੈ ਲਈ। ਔਰ ਪਲਾਟ ਦੇ ਅਧਿਕਾਰੀਆਂ ਨੇ ਕੋਈ ਪੁੰਨ ਜਿਹਨੂੰ ਪੁੱਛ ਪੜਤਾਲ ਨਹੀਂ ਕੀਤੀ, ਕੋਈ DTO ਦਫ਼ਤਰ 'ਚੋਂ ਚੱਕ ਨਹੀਂ ਕਰਾਏ ਕਾਗਜ਼, ਨਹੀਂ ਤਾਂ ਬਾਕੀ ਸਾਰੇ ਕਾਗਜ਼ ਚੈੱਕ ਕਰਵਾ ਕੇ ਟੈਂਡਰ ਦਿੰਦੇ ਨੇ। ਇਹਨਾਂ ਨੇ ਉਸੇ ਤਰ੍ਹਾਂ ਟੈਂਡਰ ਖੋਲ੍ਹ ਕੇ ਉਹਦੇ ਨਾਮ ਕਰਤਾ। ਜਦੋਂ 3 ਅਪ੍ਰੈਲ ਨੂੰ ਮੈਨੂੰ ਪਤਾ ਲੱਗਾ, 3ਰੇ ਦਿਨ ਮੈਂ ਇਹਨਾਂ ਨੂੰ ਜਾ ਕੇ ਉਸ ਬੰਦੇ ਨੂੰ ਪੁੱਛਿਆ, ਰਵਿੰਦਰ ਸਿੰਘ ਰਵੀ ਨੂੰ, ਕਿ ਇਹ ਜਿਹੜੇ ਕਾਗਜ਼ ਨੰਬਰ ਲੱਗਾ ਹੈ ਇਹ ਤੂੰ ਕਿਵੇਂ ਲਾਇਆ, ਕਿਉਂਕਿ ਮੇਰਾ ਜ਼ਿਲ੍ਹਾ ਮੋਗਾ, ਮੇਰਾ ਮੋਗਾ ਜਾਂ ਫਰੀਦਕੋਟ ਦਾ ਨੰਬਰ ਲੱਗਣਾ ਸੀ। ਉਹਨੇ ਕੋਈ ਠੋਸ ਜਵਾਬ ਨਹੀਂ ਦਿੱਤਾ, ਤਾਂ ਮੈਂ ਇਹਦਾ ਜਾ ਕੇ ਮਿਲਕ ਆਪਣਾ ਪਲਾਂਟ ਵਿੱਚ ਜਿਹੜੇ ਹੈਗੇ ਸੀ ਆਪਣਾ ਐਡਮਨ ਅਫਸਰ, ਮੈਂ ਉਹਨਾਂ ਨਾਲ ਗੱਲ ਕੀਤੀ। ਉਹਨਾਂ ਜਦੋਂ ਚੈੱਕ ਕੀਤਾ ਤਾਂ ਇਹ ਨੰਬਰ ਮੋਟਰਸਾਈਕਲ ਦਾ ਪਾਇਆ ਗਿਆ। ਜੋ ਨੰਬਰ ਟਰੱਕ 'ਤੇ ਲਾਇਆ ਗਿਆ ਉਹ ਇੱਕ ਮੋਟਰਸਾਈਕਲ ਦਾ ਨੰਬਰ ਸੀ, ਉਹ ਨੰਬਰ ਕਿਹਨੇ ਦਿੱਤਾ ਸੀ ਉਹਨਾਂ ਨੂੰ ਲਾਉਣ ਨੂੰ? ਇਹ ਪਤਾ ਨਹੀਂ, ਉਹੀ ਜਾਣ ਸਕਦੇ ਜੀ ਜਿਹਨਾਂ ਦਾ ਪਾਰਟਨਰ ਕੌਣ ਸੀ? ਪਾਰਟਨਰ ਰਵਿੰਦਰ ਸਿੰਘ ਰਵੀ, ਪਿੰਡ ਝੰਝੇੜੀ, ਜ਼ਿਲ੍ਹਾ ਮੋਹਾਲੀ ਜੀ। ਉਸ ਵੱਲੋਂ ਦਿੱਤਾ ਗਿਆ ਸੀ ਇਹ ਨੰਬਰ? ਹਾਂਜੀ, ਉਸ ਵੱਲੋਂ ਹੀ ਦਿੱਤਾ ਗਿਆ ਸੀ ਸਾਰਾ ਨੰਬਰ, ਕਿਉਂਕਿ ਮੈਂ ਤਾਂ ਆਪਣੇ ਨਾਮ 'ਤੇ ਰੀਜਨਲ RC ਜਿਹੜਾ ਹੈਗਾ ਸੀ ਬਿੱਲ ਦਿੱਤੇ ਸੀ, ਗੱਡੀ ਅਜੇ ਟੈਂਪਰੇਰੀ ਨੰਬਰਾਂ 'ਤੇ ਸੀਗੀ। ਫਿਰ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਟਰੱਕ 'ਤੇ ਕਿਸੇ ਸਕੂਟਰ ਦਾ ਨੰਬਰ ਲੱਗਾ, ਉਸ ਤੋਂ ਬਾਅਦ ਤੁਸੀਂ ਕੀ ਕੀਤਾ? ਉਸ ਤੋਂ ਬਾਅਦ ਮੈਂ ਉਹਨੂੰ ਪੁੱਛਿਆ ਜਾ ਕੇ, ਉਹਨੇ ਜਦੋਂ ਕੋਈ ਠੋਸ ਜਵਾਬ ਨਾ ਦਿੱਤਾ, ਮੈਂ ਪਲਾਟ 'ਚ ਆਣ ਕੇ ਕਿਹਾ ਇਹਨਾਂ ਨੇ ਗੱਡੀ ਖਿਲਾਰਤੀ, ਨੰਬਰ ਚੈੱਕ ਕਰਕੇ ਜਦੋਂ ਜਾਲੀ ਪਾਇਆ ਗਿਆ ਇਹਨਾਂ ਗੱਡੀ ਖਿਲਾਰਤੀ। ਮੈਂ ਉਸ ਟਾਈਮ DSP ਖਰੜ ਸੀ, ਉਹਨਾਂ ਨੂੰ ਐਪਲੀਕੇਸ਼ਨ ਦਿੱਤੀ, ਜੋ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ 6 ਫੇਸ ਜਿਹੜਾ ਹੈਗਾ 6 ਫੇਸ ਥਾਣੇ 'ਚ ਮੈਨੂੰ ਦੇਣੀ ਪੈਣੀ ਐਪਲੀਕੇਸ਼ਨ। ਮੈਂ 6 ਫੇਸ ਥਾਣੇ ਦੇ ਵਿੱਚ ਐਪਲੀਕੇਸ਼ਨ ਬਹੁਤ ਵਾਰ ਦਿੱਤੀ, ਕਾਫੀ ਵਾਰ ਮੈਂ ਗੇੜੇ ਮਾਰੇ, ਪਰ ਇਹਨਾਂ ਨੇ ਮੇਰਾ ਕੋਈ ਨਿਆਂ ਨਹੀਂ ਕੀਤਾ। ਇਹਨਾਂ ਇੱਕ ਵਾਈਟ ਪੇਪਰ 'ਤੇ ਉਸ ਬੰਦੇ ਤੋਂ ਇਹ ਲਿਖਵਾ ਕੇ ਦਿੱਤਾ ਕਿ ਉਹ ਬੰਦਾ ਆਪਣਾ ਗੁਨਾਹ ਕਬੂਲ ਕਰ ਗਿਆ ਹੈ। ਕਿਹਨੇ ਦਿੱਤਾ ਲਿਖਵਾ ਕੇ? ਇਹ ਜਸਪਾਲ ਸਿੰਘ ASI ਹੈਗੇ 6 ਫੇਸ ਥਾਣੇ ਵਿੱਚ ਜੀ, ਉਹਨਾਂ ਨੇ ਬੰਦੇ ਦੇ ਦੁਆਰਾ ਲਿਖਿਆ, ਉੱਪਰ ਆਪਦੇ ਸਹਿਨ, ਮੇਰੇ ਸਹਿਨ ਕਰਵਾ ਕੇ ਦਿੱਤਾ। ਬੰਦਾ ਉੱਥੇ ਮੌਜੂਦ ਸੀ ਤੁਹਾਡੇ ਸਾਹਮਣੇ, ਲਿਖਿਆ ਗਿਆ ਰਵੀ, ਕੀ ਨਾਮ ਹੈ ਉਹਦਾ? ਰਵੀ ਨੇ ਖੁਦ ਮੰਨਿਆ ਕਿ ਹਾਂ ਮੈਂ ਗਲਤ ਬਣਵਾ ਕੇ ਦਿੱਤੇ ਆ, ਫੋਰਜਰੀ ਕੀਤੀ ਹੈ ਮੈਂ। ਹਾਂਜੀ, ਉਹਨੇ ਸਾਰਾ ਕੁਝ ਮੰਨਿਆ, ਬਕਾਇਦਾ ਮੇਰੇ ਕੋਲ ਪ੍ਰੂਫ ਹੈਗੇ ਆ, ਲਿਖੇ ਨੇ, ਉਹ ਮੰਨਿਆ ਕਿ ਮੈਂ ਗਲਤੀ ਕੀਤੀ ਹੈ, ਨਛੱਤਰ ਸਿੰਘ ਦੀ ਗੱਡੀ ਚਲਾ ਦਿੱਤੀ ਜਾਏ। ਇਸ ਤੋਂ ਪਹਿਲਾਂ ਵੀ ਰਵੀ ਮੈਨੂੰ ਕੀ ਹਲਫੀਆ ਬਿਆਨ ਦੇਣ ਤੋਂ ਬਾਅਦ ਜਦੋਂ ਉਸਨੇ ਕਬੂਲ ਕੀਤਾ ਕਿ ਮੈਂ ਫੋਰਜਰੀ ਕੀਤੀ ਹੈ, ਗਲਤ ਕਾਗਜ਼ਾਤ ਪੇਸ਼ ਕੀਤੇ ਨੇ, ਕੀ ਪੁਲਿਸ ਨੇ ਉਸਦੇ ਉੱਤੇ ਕੋਈ ਕਾਰਵਾਈ ਕੀਤੀ? ਨਹੀਂ ਜੀ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਬਹੁਤ ਜ਼ਿਆਦਾ ਇਹਨਾਂ ਮੈਨੂੰ ਪਰੇਸ਼ਾਨ ਕੀਤਾ, ਇਹਨਾਂ ਕੋਈ ਕਾਰਵਾਈ ਨਹੀਂ ਕੀਤੀ। ਇਹਨਾਂ ਨੇ ਤਾਂ ਜਿਹੜਾ ਹੈਗਾ ਉਹ ਜਿਹੜੇ ਕਾਗਜ਼ ਬਣਾ ਕੇ ਉਹ ਇਹਨਾਂ ਨੇ ਮੈਨੂੰ ਦੇ ਤਾ, ਮੈਨੂੰ ਕਹਿੰਦੇ ਪਲਾਟ 'ਚ ਦੇ ਦੇ, ਤੇਰੀ ਗੱਡੀ ਚੱਲ ਪਏਗੀ, ਤੇਰੀ ਗੱਡੀ ਚੱਲਣ ਨਾਲ ਮਤਲਬ। ਮੈਂ ਕਿਹਾ ਵੀ ਸਰ ਸਾਫ਼ ਪਰਚਾ ਬਣਦਾ ਪਿਆ, 420 ਕੀਤੀ ਇਸ ਬੰਦੇ ਨੇ ਮੇਰੇ ਨਾਲ, ਜਾਲੀ ਕਾਗਜ਼ ਬਣਾਏ ਨੇ ਮੇਰੇ ਕੋਲ, ਅਸਲੀ ਕਾਗਜ਼ ਨੇ ਮੈਂ ਪੇਸ਼ ਕੀਤੇ ਨੇ, ਸਾਲ ਦੇ ਪੇਸ਼ ਮੈਂ ਪਲਾਟ ਦੇ ਵਿੱਚ ਵੀ ਕਰ ਰਿਹਾ, ਪਰ ਇਹਨਾਂ ਇਹ ਕਹਿੰਦੇ ਕਿ ਤੇਰਾ ਜਿਹੜਾ ਪਰਚਾ ਕੱਟਣਾ ਉਹਦੇ 'ਤੇ ਖਰਚਾ ਬਹੁਤ ਆ ਜਾਣਾ, 20-25 ਹਜ਼ਾਰ ਰੁਪਏ। ਕਿਸ ਨੇ ਗੱਲ ਕਹੀ ਕਿ ਪਰਚੇ 'ਤੇ ਖਰਚਾ ਆਉਣਾ? ਇਹ ਜਸਪਾਲ ਸਿੰਘ ASI ਹੈਗਾ ਜੀ 6 ਫੇਸ ਥਾਣੇ ਵਿੱਚ, ਉਹਨਾਂ ਨੇ ਕਹੀ, ਬਕਾਇਦਾ ਉਹਨਾਂ ਦੇ ਸਹਿਣ ਹੈਗੇ ਨੇ।
सो मैं इन्हों तो तंग आन के क्योंकि मेरा घर बार वेख चुका है, गड्डिया मेरिया लोन पर ने, मैं करजा चुक चुक के तेल पवा के गड्डिया चलाइया ने इतने बहुत 22-23 लाख रुपये का मैं करजाई हो चुका। जे इन्होंने हुण जिहड़ी मैं जिहड़ी गड्डी चल रही सी इहदी खड़ी सी इहदी मैं MD साहब नूं शिकायत की, AMD साहब नूं शिकायत की कि सर मेरी गड्डी इन्हां ने 1.5 साल की खिलारी हुई बिना किसी वजह दे, मेरा कोई कसूर नहीं, गड्डी चलवा दिओ। शिकायत तुसीं मिलके कीती किवें कीती? नहीं, मैं मेल राही कीती सी। उस तो पहलां तुसीं जिहड़े अधिकारी वेरका मिल्क प्लांट मोहाली 6 फेज दे विच ने उहनां नाल गल्लबात करन दी कोशिश कीती उस तो पहलां? हाँ जी, बहुत बार 4-5 बार उहनां दे दफ्तर दे गेड़े कढ़े, पर PA साहब नूं कहा भी मैं मिलना चाहुंदा GM साहब नूं सुखदीप सिंह गिल नूं, पर उह कहिंदे वी GM साहब कहिंदे वी मैं नहीं मिलना, तुसीं नीचे वाले अधिकारी नाल गल कर लो। फिर मैं मेल कीती AMD साहब नूं और फिर मैनूं GM साहब ने बुलाया ऑफिस च भी तू ऑफिस आ। इन्हां ने 10 मिनट मेरे नाल वधिया मेरी गल सुनी, मैनूं अहसास हो गया कि मेरा काम चला देणगे, पर 10 मिनटां बाद एक जतिंदर सिंह हैगा इत्थे वो आ गया, उन्हें आन के कहता जी इनकी गड्डी 4 लाख रुपया दूसरी है जिहड़ी उन्हूं भी लाओ। से इस गल तो बाद जिहड़े GM साहब है वो मैनूं धमकियां देनियां शुरू करतीआं, दे ते परचा पवाओ, तू MD साहब तक पहुँच क्यों कीती, इनू अंदर बिठा लो, इनू सिक्योरिटी वाले नूं कहता इनू बाहर नहीं जाण देना, मैनूं अंदर। किस कारण अंदर बिठाया गया तुहानूं? क्यों बिठाया गया? जबरन बिठाया गया कि तुसीं चाहुंदे सी तुहानूं बिठाया जावे? जबरन मैनूं बिठाया गया जी, बहुत ज़्यादा जबरन, मैं बहुत ज़्यादा रो रहा सीगा, मैं कुरला रहा सी। तुहानूं फिर क्यों जबरदस्ती क्यों बिठाया गया? क्यों परचे की धमकी तुहानूं क्यों दी गई? परचे की धमकी इस करके के दी गई कि मैं MD साहब तक मेल करती सी। और नाराज हो गए, मतलब GM साहब नाराज हो गए कि तुसी AMD साहब नु मेल क्यों कीती? हाँ जी, बस इस गल तो एप्लीकेशन देन दा खमियाजा मैनूं इह भुगतना पिया कि इन्हें एक धमकियां दित्तियां, एक इन्हें रज के मैनूं जलील किया, बहुत ज्यादा बुरा भला कहा इन्हां ने मैनूं, हुण मैनूं कोई भी आस नहीं। एक तो की बोलिया तुहानूं? मैनूं इह कहिंदे कि तेरे ते परचा पवा दांगे भी इन्दे ते इनू अंदर बंद करो, इन्दे ते परचा पो, इनू फिर अकल आएगी, ये सानू मेल करता है। तो मैं तो दुखी होकर मेल की ही, मैं कोई धमकी नहीं दी, मैं एक हाथ जोड़ के रिक्वेस्ट की कि सर मेरा कारोबार जोड़ा है बंद पिया, घर बार वेख चुका, मेरे मदर जोड़े फादर वो बीमार पे हुए हैं, इस टाइम अधरंग का अटैक होया उन्होंने, मैं उन्होंने इलाज नहीं करवा पा रहा, इन्ना क ज़्यादा मैं दुखी हो चुका, मेरी प्लीज़ रिक्वेस्ट है, मेरी बेनती प्रवान करो, मेरी गड्डी एक चला दो। पर इन्होंने कोई नहीं मनी, इन्ना मैं बहुत ज़्यादा रोया, पर इन्हों कोई मेरे से तरस नहीं आया। तो उस तो बाद GM साहब की कहेंदे, तुसी किवें निकले फिर उस तो बाहर, किवें निकले? तुहानू बंद किया गया अंदर, तुसी बाहर किवें निकले? मैनू बाहर मुड़ के एक इत्थे हैगे आ MMP साहब मिश्रा साहब, वो आए, उन्होंने गलबात की, चंगे इंसान ने, उन्होंने मैनू कहा भी तू चला जा, मैनू पता भी तू सच्चा इंसान है, भी तेरे च कोई भी कमी नहीं हैगी, भी तू सानू पता भी तू सच बोल रहा, तो तू चला जा। उन्होंने मैनू उतों कढ दिता भी तू चला जा। एक होर है गए सी डिप्टी साहब, वो कहें भी तू चला जा, उन्हें भेजता नहीं, तो यह तो हो सकता भी मैनू शायद इन्होंने कहा ही पुलिस मंगाओ, और मैं डर सी भी मेरे से झूठा परचा कोई भी अंदर 2-4 किलो घ्यो मेरे कोल रख के, तो पुलिस इन्हों की आपदी है, ये मेरे से परचा पवा देंदे, मैं सारी जिंदगी खराब हो गई मेरी। तो कह रही तुसी तुसी ये भी बोलिया कि 4 लाख जो है घाटा दर्शाया गया तुहाडे वल, वो की है घाटा, की किवें देखा जाता है घाटा? जिहड़ा है साडे दुध दी फैंट घटदी है, इन्हां ने वो घाटा जिहड़ा हैगा वो भी इन्हां ने फेक घाटा पा के, ते मेरी जदों मैं एप्लीकेशन दित्ती MD साहब नूं शिकायत कीती उदों इन्हां ने ये कदम चुकिया। इन्हां घाटा घाटा हाँ पहला मैं उही पुछण लग्या सीगा, घाटे दी कोई इन्हां ने लिमिट रखी हुंदी है घट्टो घट्ट इन्ना होवे ते असीं तुहानूं नोटिस देवांगे? हाँ जी, 50,000 दी लिमिट हुंदी है भी, जे 50,000 तों घाटा टप्पे ये साड़ी गड्डी खिलार सकदे ने, ते मेरा घाटा 3,99,000 रुपया हो गया, प्लाट नूं पता ही नहीं लगा जी मेरा, मतलब 50,000 ते तुहानू नोटिस आना चाहिए है, तुहानू वार्निंग देनी चाहिए है कंपनी वालों वेरका वालों, लेकिन तुहानू नहीं दी गई, तो सीधा 4 लाख ते आ गए। तुसी कोई सिक्योरिटी भी जमा करवाई सी पहला? मैं 4 लाख मेरी सिक्योरिटी जमा है, प्लस मेरे बिल जिहड़े हैगे ने, मैं पैसा कोई नहीं लिया इत्थों, पेमेंट बकाया हले प्लांट वाल तुहाडी, प्लांट वाली मेरी पेमेंट है मेरा, मैं कोई इन्होंने चैक नहीं बना के दिता, कोई ऑडिट सरकार करवा के चैक करवा ले, 4 लाख सिक्योरिटी जमा, प्लस जिहड़ा लॉस पैंदा है वो मैं नाल दी नाल बैलेंस कर कीता होया है, मैनू लॉस नहीं हैगा, मैनू 44,000 रुपया लॉस है, मैं ता करके गड्डी चलाई जांदा, मैनूं 44,000 मैं तो टेंशन फ्री होकर चलाई ही, मेरा 44,000 लॉस है, मेरा कारोबार चलता रहे। जदों तुहाडे जिहड़ा सिक्योरिटी दे विच पार्टनर सीगा, जदों टेंडर भरिया जमा तुसीं करवाया है सिक्योरिटी, रवि नाम तुसीं बंदिया दस्सिया, उसने जदों पुलिस विच लिख के दिता कि हाँ मैं फॉर्जरी की है, गलत कागजात पेश किए ने, तो मैं मनदा इस गल्ल नूं, तुसीं ओह कागजात प्लांट दे विच दित्ते? हाँ जी। तो प्लांट ने कोई एक्शन लिया? नहीं जी, प्लांट ने कोई एक्शन नहीं लिया उस बंदे ते, ये मैनूं कह रहे सी भी तू आ कागज नहीं सी लियाउणा, भी जिहड़ा तू एग्रीमेंट उन्हां तों राजनामा लै आ, तू FR लिया फिर तेरी गड्डी चलावांगे, तो पुलिस FR कर नहीं रही,
उनकी पहुँच उपर तक सीएम दफ्तर तक पहुँचे वो कुड़ी भी जी है सीएम दफ्तर वाली वो भी मैं बायफेस भी मिल के मेरे फोन की डिटेल कढ़ा ली जाए मेरे फोन के सीएम दफ्तर तो फोन आए दियाँ जिहड़ियां हैगियां ने नंबर वो होणगे लिस्ट किन्ने फोन तुहाडे फोन ते आए ने सीएम ऑफिस तो मैं 3 फोन उन्हें लैंडलाइन सीएम दफ्तर तो किए ने की कहती है बाद विच मैं फोन किया कन्फर्म करने वास्ते भी वाकई सीएम दफ्तर तो ही फोन है भी मैं कहती सीएम दफ्तर मैं लगी लगी भी है जो मैं फेक कह रही पर मैं किया जो मैडम वालों की क्या जाता है तुम मैडम वालों जरा उन्हें सिक्योरिटी नाल दी जमा कराई उनकी मांग की जाती भी 2 लाख रुपया वापस दे साडा जबकि उन्हों की गलती करके उन्होंने सारा यह गलत काम किया तो मैनू बर्बाद किया है जो भी ये किया उन्हें किया मैनू तो पहलों बर्बाद करता हूँ मेरे तो कहदे पैसे मांगते मैं खुदकुशी लिए मजबूर कर रहे हैं सारे रल के मतलब तुहाडी सुनवाई ना पुलिस वाले कर रहे हैं क्योंकि पुलिस ने भी ये लिखवा के तुहानू दे दिता कि उस बंदे को कि मैं गलत कागज़ बनाए ने तुसीं उहो जाके वेरका मिल्क प्लांट विच पेश किए ने तां वेरका मिल्क प्लांट के जो अधिकारी ने वो भी उन्हां कागजातों पर कोई कार्रवाई नहीं कर रहे ना उस बंदे ते मेरा एक होर सवाल उस बंदे ने कागज़ किवें क्योंकि टेंडर तुहाडे नाम का खुलिया फिर उस बंदे ने कागज़ किवें जमा करवाए किवें अपने नाम का जो नंबर प्लेट से या कागज़ से वह प्लांट नूं दे के अपने नाम की गड्डी चलवाई हाँ जी आ मैं तुहानूं दिखाउणा जी एग्रीमेंट जतिंदर सिंह हैगे आ उन्हां नूं मैं अपने नाम का बना के आ दे के आया सीगा एग्रीमेंट जतिंदर सिंह मुलाजम ने वेरका मिल्क प्लांट दे विच हाँ वेरीफाई कर दे कागज अच्छा ये मैं अपने नाम का कागज़ बिना डेट तो साढ़े तो मंगते मैं 23 तरीक पाउन लगा इन्हां रोकता भी अं आपे पावांगे इन्हां अंदर मैं इत्थों ये कागज़ ले लिया पर यह एग्रीमेंट दिता मैं जतिंदर सिंह नूं मिलिया मैनू रविंदर सिंह तो है कि जो इन्हें गड्डी खिलारती मेरे ही मैं उन्होंने कहा उन्हें मैंने दिखाया भी आ एग्रीमेंट तेरे वाला मैं ले आया सी मैं उन्हें तो लालच दे के मैं कहा तू मैं दे दे हो सकता अपनी गड्डी चल पे उन्हें मैं देता यह प्रूफ वजो मेरे को रह गया यह बहुत बड़ा सवाल खड़ा होंगे कि देख के मैं प्लाट में आया ही इन्हें मिली भुगते उस बंदे ही इन्हें उस बंदे वापस करता नहीं तो टेंडर मेरे नाम का एप्लीकेशन मेरे नाम की आ सैन मेरे नाम के होए ने सारे ये उस बंदे दे नाम किवें टेंडर वो कर सकते हैं बहुत बहुत बड़ा सवाल है जो कागज़ जो एफीडेविट इन्हों वालों मिल्क प्लांट के अधिकारियों दिता गया वो आखिर उस बंदे को किवें पहुंचा जिसने पुलिस सामने कबूल किया लिखती रूप के कि हाँ मैं 420 की है मैं नकली कागज़ पेश किए ने किवें यह कागज़ जो वेरका मिल्क प्लांट के अधिकारियों को उस बंदे को पहुँचे बहुत बड़ा सवाल है तुसी कहा कि जीएम साहब तुहानू धमकियां दे रहे ने परचा करवाया जाएगा जो तुसी दस्या एक मैडम ने सीएम ऑफिस दे विच रवि दी ओ की रिश्तेदार लगते ने उन्हां दी रवि दी गर्लफ्रेंड है जी रवि अरविंदर सिंह रवि इनकी गर्लफ्रेंड है उनके नाल ही पहलों रहिंदा रहा सी उनके नाल ही आण के मैनू मिलदा रहा 2-3 बार जदों भी प्लाट विच इहनू बुलाया गया वो कुड़ी नाल ही आई है प्लाट दे विच भी पता भी वो मैडम सैक्रटरीएट तो सीएम दफ्तर चों आउंदी है भी वो ये गड्डी चलाउंदे अपना हक विच अही चला देने पर यह चलाउणी उहदे नाम ते चाहुंदे सी उदों इहनां दी मिली भुगत सी उस मैडम भी कोई धमकी दिंदी सी तुहानूं या नहीं मैडम ही धमकी दिंदी सी मैडम इत्थों तक कि कई बार वो मैनूं इत्थों तक अपना जिहड़ा हैगा इह अहुदे दा मिसयूज करदी सी कि मैनूं इह दस दिंदी सी कि तूं इस टाइम ते कित्थे आ मैनूं इन्ना दस दिंदी सी मोबाइल नंबर तो मेरे तो भी तूं इस टाइम ते इत्थे आ ते मैं इत्थे भी पहुंचा ओह किवें कोई उनके कोल होगा उत्थे सीएम दफ्तर बैठी का यंत्र जिहड़ा मेरा नंबर ट्रेस कर सक कर लैंदी सी भी तू इत्थे इस टाइम तुहाडी की मंग है हुण मेरी मंग यह है कि मैनू इन्हां ने मेरा कैरियर 8-9 साल की मेहनत नाल मैं गड्डियां बनाईयां सी आपदियां तो इन्हां ने कैरियर मेरा तबाह करके रखता मैनू मरन वास्ते मजबूर किया है क्योंकि किसे बंदे का दिल नहीं करता मरन वास्ते पर हालात इहो जे पैदा हो जाते हैं कि बंदे नूं मजबूरन मरन वास्ते मजबूर होना पैंदा जे मैनू इन्हां ने मेरिया गड्डियां ना चलाईया मैनू इंसाफ ना दिता 1.5 साल तो खड़ी मेरी गड्डी उनका मैनू मुआवजा मिलना चाहिए मेरा कारोबार जिहड़ा इन्हां ने रोकिया उनका मुआवजा देन ते मेरी गड्डी चलाउन तां करके मेरा हल हो सकता नहीं तो मौत मेरी पक्की है मैं कुछ नहीं कह सकदा हौसला रखी दे मदर फादर जिहड़े वो इस टाइम बीमार पए हुए मैं उन्हां दा इलाज तक नहीं करवा पा रहा उन्हां वालों भी कुछ कहता ने कि तू साडा इलाज नहीं करवा पा रहा पर इलाज बंदा किवें करवावे जो तो बंदे नूं तबाह करता इन्हां ने मिल्क प्लांट के अधिकारियों ने बर्बाद करता मैं कैरियर बहुत मेहनत नाल बनाया सीगा मैं आपका फिक्र लाया ही भी मैं हुण स्टैंड हो गया मैनू हुण कोई होर लोड़ नहीं आपकी मेहनत कर रहा सी मैं कोई सरकार तो नौकरी नहीं मंगता धरने ला के आम जनता नौकरी मंगती मैं अपना कारोबार मंगता जे मैनू बचाउणा मेरी मदद करनी मेरा कारोबार बचा दो क्योंकि होर 10 दिन मेरे लोन वाले गड्डियां लै जाणगे मैं अखां सामने गड्डियां आपदियां चकिंदियां किवें जरूंगा मैं बहुत ज़्यादा दुखी हाँ इन्हां ने मैनू मजबूर किया मैं नहीं सी चाहुंदा इहो जे लफ्ज़ बोलने पर इन्हां मजबूर करता मैनू बहुत ज़्यादा मैं दुखी हाँ
एक तुहाडे राही आस दिसी मैनू भी तुसी तां तुहानू मिलिया भी बहुत वधिया अखबार चलता है न्याय मैनू जरूर इंसाफ मिलेगा डेली पोस्ट तां मैं तुहाडे नाल गल करके आ ला इंटरव्यू तुहानू देण लगा खबर लवाई है भी चलो जे मैनू इंसाफ मिल जाए बहुत मेहरबानी नहीं तो मैं अपनी जीवन की आस छड़ चुका वा इस टाइम सिर्फ तुहाडे ते आ आस नहीं छड़नी सब तो पहली गल ते हौसला रखना है दूजी गल ते तुसी हिम्मत रखोगे तो परमात्मा सब सब कुछ ठीक करेगा ते किसी भी कदम ते अजिहा नहीं सोचना कि तुसी जिंदगी तो दुखी हो रब जो करदा है सब वधिया ले करदा है एक पाठ हमेशा याद रखो ते मापियां दी सेवा करो औखी सौखी जिवें भी हुंदी है तुहाडे परिवार विच कौन कौन है मेरे परिवार विच मदर फादर ने ते मेरी वाइफ है ते मेरा बेटा वड्डा ब्रदर है वो अलग है आपदा मदर फादर की करदे मदर फादर बैड ते इस टाइम पए हुए ने उहनां दा इलाज भी मैं नहीं करवा पा रहा ਵੱਡਾ ਭਰਾ ਹੀ ਕਰਵਾ ਰਿਹਾ ਤੁਹਾਡੇ ਕੋਲ ਕੋਈ ਜ਼ਮੀਨ ਵਗੈਰਾ ਹੈਗੀ ਹੈ ਨਹੀਂ ਜੀ ਮੇਰੇ ਕੋਲ ਕੋਈ ਜ਼ਮੀਨ ਨਹੀਂ ਹੈਗੀ ਕੋਈ ਜਾਇਦਾਦ ਨਹੀਂ ਮੇਰਾ ਸਿਰਫ ਜੋ ਘਰ ਸੀ ਮੇਰਾ ਉਹ ਵੀ ਵੇਚ ਚੁੱਕਾ ਹੈ ਅਤੇ ਜਿਹੜੀਆਂ ਮੇਰਾ ਕਾਰੋਬਾਰ ਸਿਰਫ ਗੱਡੀਆਂ ਦੇ ਸਹਾਰੇ ਮੇਰਾ ਚੱਲਦਾ ਸੀ ਜਿਹੜਾ ਹੁਣ ਬੰਦ ਹੋਇਆ ਪਿਆ ਵਾ ਕਰਜ਼ਾ ਹੈ ਸਿਰ 'ਤੇ ਹਾਂਜੀ 24-25 ਲੱਖ ਰੁਪਏ ਦਾ ਕਰਜ਼ਾ ਮੇਰੇ ਸਿਰ 'ਤੇ ਅਤੇ ਕੋਈ ਪਰਚਾ ਕੋਈ ਕੇਸ ਕਿਸੇ ਥਾਣੇ ਦੇ ਵਿੱਚ ਨਹੀਂ ਜੀ ਕੋਈ ਕੇਸ ਨਹੀਂ ਹਾਲੇ ਤੱਕ ਤਾਂ ਕੋਈ ਕੇਸ ਨਹੀਂ ਬਟ ਮੈਂ ਦੱਸ ਦੇਣਾ ਚਾਹੁੰਦਾ ਮੈਂ ਜਿਨ੍ਹਾਂ ਦੇ ਪੈਸੇ ਦੇਣੇ ਆ ਉਹ ਮੈਨੂੰ ਧਮਕੀਆਂ ਦਿੰਦੇ ਨੇ ਵੀ ਅਸੀਂ ਤੇਰੇ 'ਤੇ ਪਰਚਾ ਪਵਾ ਦਾਂਗੇ ਉਹ ਮੇਰੇ 'ਤੇ ਹੈਗਾ ਮੈਂ ਪੈਸੇ ਜਿਨ੍ਹਾਂ ਦਾ ਕਰਜ਼ਾ ਦੇਣਾ ਹੈ ਉਹ ਮੇਰੇ 'ਤੇ ਪਵਾ ਸਕਦੇ ਹੋਰ ਮੇਰੇ 'ਤੇ ਅਪਰਾਧਿਕ ਮਾਮਲਾ ਕੋਈ ਨਹੀਂ ਦਰਜ ਜੀ ਮੈਂ ਕੋਈ ਮਾੜਾ ਕੰਮ ਨਹੀਂ ਕੀਤਾ ਅੱਜ ਤੱਕ ਕਹਿੰਦੇ ਨੇ ਰੱਬ ਜੋ ਵੀ ਕਰਦਾ ਚੰਗਾ ਹੀ ਕਰਦਾ ਪੁੱਠੀਆਂ ਸਿੱਧੀਆਂ ਬੰਦਾ ਹੀ ਕਰਦਾ ਕੁਛ ਪੁੱਠੇ ਸਿੱਧੇ ਅਜਿਹੇ ਬੰਦੇ ਨੇ ਅਜਿਹੇ ਅਧਿਕਾਰੀ ਨੇ ਜਿਨ੍ਹਾਂ ਨੇ ਨਛੱਤਰ ਸਿੰਘ ਨੂੰ ਰੋਣ ਲਈ ਮਜਬੂਰ ਕੀਤਾ ਕਿ ਇਹ ਨੌਜਵਾਨ ਹੁਣ ਸੋਚੇ ਕਿ ਹੁਣ ਇਸ ਨੂੰ ਮਰਨਾ ਪੈਣਾ ਪਰ ਡੇਲੀ ਪੋਸਟ ਪੰਜਾਬੀ ਹਿੰਮਤ ਅਤੇ ਹੌਸਲਾ ਦਿੰਦਾ ਹੈ ਅਜਿਹੇ ਨੌਜਵਾਨਾਂ ਨੂੰ ਜੋ ਮਿਹਨਤ ਕਰਕੇ ਆਪਣਾ ਢਿੱਡ ਪਾਲਦੇ ਨੇ ਜੋ ਗਲਤ ਰਾਹੇ ਨਹੀਂ ਪੈਂਦੇ ਪਰ ਅਜਿਹੇ ਅਧਿਕਾਰੀ ਮਜਬੂਰ ਕਰਦੇ ਨੇ ਨੌਜਵਾਨਾਂ ਨੂੰ ਕਿ ਉਹ ਗਲਤ ਰਾਹੇ ਪੈਣ ਕਈ ਸਵਾਲ ਇਸ ਕਹਾਣੀ 'ਚੋਂ ਇਸ ਮਾਮਲੇ 'ਚੋਂ ਖੜ੍ਹੇ ਹੁੰਦੇ ਨੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਸ ਬੰਦੇ ਨੇ ਲਿਖਤੀ ਰੂਪ ਵਿੱਚ ਪੁਲਿਸ ਨੂੰ ਦਿੱਤਾ ਪੁਲਿਸ ਨੇ ਉਸਦੇ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਕਿ ਪੁਲਿਸ ਕਿਸੇ ਦਬਾਅ ਹੇਠ ਸੀ ਕਿਉਂਕਿ ਜਿਵੇਂ ਨਛੱਤਰ ਸਿੰਘ ਜੀ ਨੇ ਦੱਸਿਆ ਕਿ ਰਵਿੰਦਰ ਰਵੀ ਜੋ ਬੰਦਾ ਹੈ ਉਸਦੀ ਗਰਲਫ੍ਰੈਂਡ ਜਿਸਦਾ ਨਾਮ ਭਾਵਨਾ ਇਹਨਾਂ ਨੇ ਦੱਸਿਆ ਹੈ ਜੋ ਕਿ CM ਆਫਿਸ ਦੇ ਵਿੱਚ ਕੰਮ ਕਰਦੀ ਹੈ ਸਾਡੇ ਸੂਤਰਾਂ ਦੀ ਮੰਨੀਏ ਤਾਂ ਭਾਵਨਾ ਨਾਮ ਦੀ ਇੱਕ ਮੈਡਮ CM ਦਫ਼ਤਰ ਦੇ ਵਿੱਚ ਸੋਸ਼ਲ ਮੀਡੀਆ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੀ ਹੈ ਅਤੇ CM ਆਫਿਸ ਤੋਂ ਇਹਨਾਂ ਨੂੰ ਫੋਨ ਆਉਂਦੇ ਸੀ ਕਿ ਪੈਸੇ ਦਿੱਤੇ ਜਾਣ 2 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਸੀ ਦੂਜੇ ਪਾਸੇ ਵੇਰਕਾ ਮਿਲਕ ਪਲਾਂਟ ਦੇ ਜੋ GM ਨੇ ਉਹ ਕਮਰੇ ਦੇ ਵਿੱਚ ਬੰਦ ਕਰਕੇ ਨਛੱਤਰ ਸਿੰਘ ਨੂੰ ਜੋ ਆਪਦਾ ਹੱਕ ਮੰਗਣ ਜਾਂਦਾ ਸੀ ਉਸਨੂੰ ਕਹਿੰਦੇ ਨੇ ਕਿ ਤੇਤੇ ਪਰਚੇ ਕਰਵਾਵਾਂਗੇ ਕਿਸ ਗੱਲ ਦੇ ਪਰਚੇ ਕਰਵਾਵਾਂਗੇ GM ਸਾਹਿਬ ਇਹ ਵੀ ਦੱਸਣ ਅਤੇ ਇੱਕ ਗੱਲ ਹੋਰ ਮੈਂ ਦੱਸਣਾ ਚਾਹਾਂਗਾ ਇਸ ਮਾਮਲੇ ਦੇ ਵਿੱਚ ਅਸੀਂ AMD ਕਰਨੈਲ ਸਿੰਘ ਜੀ ਨਾਲ ਵੀ ਗੱਲਬਾਤ ਕੀਤੀ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਨਛੱਤਰ ਸਿੰਘ ਨਾਮ ਦਾ ਇੱਕ ਮੁੰਡਾ ਜੋ ਕਿ ਮੋਗੇ ਤੋਂ ਹੈ ਪਰੇਸ਼ਾਨ ਹੈ ਅਤੇ ਤੁਹਾਡੇ ਹੀ ਡਿਪਾਰਟਮੈਂਟ ਦੇ ਕੁਝ ਅਧਿਕਾਰੀ ਜੋ ਨੇ ਉਹ ਉਸਨੂੰ ਮਜਬੂਰ ਕਰ ਰਹੇ ਨੇ ਆਤਮ ਹੱਤਿਆ ਕਰਨ ਦੇ ਲਈ ਜੋ ਕਿ ਨਛੱਤਰ ਸਿੰਘ ਨੇ ਸਾਨੂੰ ਆਪ ਦੱਸਿਆ ਹੈ ਇਹ ਗੱਲ ਸੁਣਦਿਆਂ ਹੀ AMD ਸਾਹਿਬ ਯਾਨੀ ਕਿ ਕਰਨੈਲ ਸਿੰਘ ਸਾਹਿਬ ਗੁੱਸਾ ਹੋ ਗਏ ਕਹਿਣ ਲੱਗੇ ਸਾਨੂੰ ਅਜਿਹੀਆਂ ਧਮਕੀਆਂ ਨਾ ਦਿਓ ਯਾਨੀ ਕਿ ਉਹਨਾਂ ਨੂੰ ਇੱਕ ਨੌਜਵਾਨ ਦੀ ਜਾਨ ਦੀ ਪਰਵਾਹ ਨਹੀਂ ਉਹਨਾਂ ਨੇ ਕਿਹਾ ਕਿ ਜੇਕਰ ਉਹ ਤੁਹਾਨੂੰ ਅਜਿਹਾ ਕਹਿੰਦਾ ਹੈ ਕਿ ਉਹ ਮਰਨਾ ਚਾਹੁੰਦਾ ਹੈ ਤਾਂ ਇਹ ਗੱਲ ਤੁਸੀਂ ਆਪਣੇ ਤੱਕ ਰੱਖੋ ਮੈਨੂੰ ਨਾ ਦੱਸੋ ਇਹ ਗੱਲ ਉਹਨਾਂ ਨੇ ਸਾਡੇ ਨਾਲ ਕੀਤੀ ਹੈ ਅਤੇ ਹੁਣ ਕਿੱਦਾਂ ਦਾ ਰਵੱਈਆ ਨੌਜਵਾਨਾਂ ਦੇ ਪ੍ਰਤੀ ਜਾਂ ਫਿਰ ਇਮਾਨਦਾਰ ਲੋਕਾਂ ਦੇ ਪ੍ਰਤੀ ਅਫਸਰਾਂ ਦਾ ਹੈ ਤੁਸੀਂ ਵੇਖ ਸਕਦੇ ਹੋ ਅਤੇ ਉਮੀਦ ਕਰਦਾ ਹਾਂ ਕਿ ਇਹ ਵੀਡੀਓ ਵੇਖਣ ਤੋਂ ਬਾਅਦ ਜੋ ਅਧਿਕਾਰੀ ਵੇਰਕਾ ਮਿਲਕ ਪਲਾਂਟ ਦੇ ਅੰਦਰ ਬੈਠੇ ਨੇ ਜਾਂ ਉਹ ਬੰਦਾ ਜਿਸਨੇ ਲਿਖ ਕੇ ਦਿੱਤਾ ਸੀ ਕਿ ਹਾਂ ਮੈਂ ਫੌਰਜਰੀ ਕੀਤੀ ਹੈ ਪੁਲਿਸ ਉਸ 'ਤੇ ਕੇਸ ਕਰੇਗੀ ਬਣਦੀ ਕਾਰਵਾਈ ਕਰੇਗੀ ਅਤੇ ਉਹੀ ਜੋ ਸਬੂਤ ਨੇ ਉਹੀ ਸਬੂਤ ਮੰਨਣਗੇ ਵੇਰਕਾ ਮਿਲਕ ਪਲਾਂਟ ਵਾਲੇ ਅਤੇ ਉਹਨਾਂ ਵੱਲੋਂ ਵੀ ਉਸ ਮੁੰਡੇ ਦੇ ਖਿਲਾਫ਼ ਕਾਰਵਾਈ ਕਰਵਾਈ ਜਾਵੇਗੀ ਅਤੇ ਖਾਸ ਕਰ ਉਹ ਮੈਡਮ ਜੋ CM ਆਫਿਸ ਅਤੇ ਸੋਸ਼ਲ ਮੀਡੀਆ ਡਿਪਾਰਟਮੈਂਟ ਦੇ ਵਿੱਚ ਬੈਠ ਕੇ ਇਸ ਨੌਜਵਾਨ ਨੂੰ ਧਮਕੀਆਂ ਦੇ ਰਹੀ ਹੈ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰ ਰਹੀ ਹੈ ਸ਼ਾਇਦ CM ਸਾਹਿਬ ਨੂੰ ਜਾਂ ਫਿਰ ਉਹਨਾਂ ਦੇ ਕਿਸੇ ਅਧਿਕਾਰੀ ਨੂੰ ਇਸ ਬਾਬਤ ਜਾਣਕਾਰੀ ਵੀ ਨਾ ਹੋਵੇ ਕਿ ਉਹਨਾਂ ਦੇ ਅਹੁਦੇ ਦਾ ਮਿਸਯੂਜ਼ ਕੀਤਾ ਜਾ ਰਿਹਾ ਉਹਨਾਂ ਦੇ ਦਫ਼ਤਰ ਦਾ ਉਹਨਾਂ ਦੇ ਲੈਂਡਲਾਈਨ ਫੋਨ ਦਾ ਮਿਸਯੂਜ਼ ਕੀਤਾ ਜਾ ਰਿਹਾ ਹੈ ਉਹ ਵੀ ਅੱਗੇ ਤੋਂ ਅਲਰਟ ਰਹਿਣ ਅਤੇ ਮੇਰੀ ਇੱਕ ਅਪੀਲ ਇਸ ਨੌਜਵਾਨ ਨੂੰ ਵੀ ਅਤੇ ਵੀਡੀਓ ਵੇਖ ਰਹੇ ਅਜਿਹੇ ਕਿੰਨੀਆਂ ਹੀ ਨੌਜਵਾਨਾਂ ਨੂੰ ਕਿ ਅਜਿਹਾ ਕੋਈ ਵੀ ਪੁੱਠਾ ਕਦਮ ਨਹੀਂ ਚੁੱਕਣਾ ਜ਼ਿੰਦਗੀ ਬੜੀ ਅਨਮੋਲ ਹੁੰਦੀ ਹੈ ਮਾਪਿਆਂ ਦੀ ਸੇਵਾ ਕਰੋ ਠੀਕ ਹੈ ਕੁਛ ਮੁਸੀਬਤਾਂ ਆਈਆਂ ਨੇ ਪਰ ਰੱਬ ਦੇ ਕੋਲ ਹਰ ਮੁਸੀਬਤ ਦਾ ਹੱਲ ਹੈ ਵੀਡੀਓ ਜਰਨਲਿਸਟ ਲਲਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ
ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 92563 92563 'ਤੇ।